ये भी एक बिजनेस मॉडल भी है अगर तो सा उस नजर नेखो थे देसी कल्चर होता है इसको जितना हो सके प्रमोट भी करना चाहिए गला कर साहब सचिया सा, थे असल मेरा नाम है कामरान है मैं जैसा कि आपको पता है कि रोजाना नई नई वीडियो के साथ आपके पास हाजिर होता रहता जी अभी आप मेरे बैकग्राउंड पे देख सकते हैं चारे की मशीन लगी हुई है चारा किस चीज का है चारा जानवरों का है और ये जो देसी कल्चर होता है इसको जितना हो सके प्रमोट भी करना चाहिए और इसी के बेस पे हम लोग आज ये जो हम खुराकें खाते हैं जानवरों की माद से खाते हैं और जानवरों का ये सिस्टम कैसे चलता है ये चारा कहाँ से आता है क्या मामला होते हैं इस सिलसिले में हम कंटेंट जनरेट करने लगे हैं और इनसे ज़रा पूछते हैं कि आज जो सीज़न जा रहा है सब्ज़ा तो है कोई भी नहीं है तो ये किस तरह मैनेज करते हैं और क्या है इनका सिलसिला है जी सामिकम कि ना की भाई ना ਅਬਦੁਰਹਿਮਾਨ ਅਬਦੁਰਹਿਮਾਨ ਭਾਈ ਕਿਹੜੇ ਇਲਾਕੇ ਨੂੰ ਤੁਸੀਂ ਮਨਸੇਰੇ ਕੇ ਮਨਸੇਰੇ ਨਾਲ ਇਸ ਇਲਾਕੇ ਜੀ ਤਕਰੀਬਨ ਕਿੰਨਾ ਟਾਈਮ ਹੋ ਗਿਆ ਤੁਸਾਂ 3 ਸਾਲ ਹੋ ਗਏ 3 ਸਾਲ ਹੋ ਗਏ ਅੱਜ ਕੱਲ ਤੇ ਖੁਸ਼ ਖਸਾਲੀ ਹੈ ਕੋਈ ਸਬਜ਼ਾ ਹਰਿਆਲੀ ਕੋਈ ਵੀ ਨਹੀਂ ਹੈ ਤੇ ਇਹ ਜਿਹੜਾ ਤੁਸੀਂ ਚਾਹ ਰਹੇ ਕੀ ਚੀਜ਼ ਹੈ ਕਿਸ ਚੀਜ਼ਾਂ ਦਾ ਬੜਨਾ ਹੈ ਔਰ ਕਿਥੋਂ ਆਣਨੇ ਪੈਣੋ ਕੀ ਨਿਜ਼ਾਮ ਹੈ ਇਹ ਜੋ ਅੰਦਰ ਹੈ ਇਹ ਅਜ਼ਰੋ ਸੇ ਆਤੇ ਹੈ ਉਧਰ

ते निजाम शाम कह चलना है ठीक है काम शाम ठीक है अलहमदल रोजाना दिहाड़ी ने कितने कुछ मानव यही ये ये तीस चालीस मान बिकते हैं त्रिचाली चालीस मान निजाम सही सोना चाल जी कितने बंदे थे काम करने पाँच बंदे है आजकल महंगा ऐप है, है आज कल की सस्ता आजकल महंगा है गैस की वजह से गैस की वजह की मतलब महंगा गैस गैस बंद है न पंजाब गैस बंदा ਗੈਸ ਬੰਦ ਇਹ ਫਿਰ ਭਾਈ ਮਹਿੰਗਾ ਕਿਉਂ ਹੋਇਆ ਤੁਸੀਂ ਨਾ ਗੈਸ ਨਾਲ ਕੀਤਾ ਲੋਕ ਆਇਆ ਜ਼ਿਆਦਾ ਹੋਣਾ ਨਾ ਕਰਾਇਆ ਅੱਛਾ ਗੱਡੀਆਂ ਨਾ ਕਰਾਇਆ ਜ਼ਿਆਦਾ ਹੋਣਾ ਉਸ ਵਜ੍ਹਾ ਤੋਂ ਯਾਨੀ ਕਿ ਅੱਜ ਕੱਲ ਮਹਿੰਗਾ ਹੋਇਆ ਹੈ ਤੇ ਮੌਸਮ ਮੈਂ ਗੱਲ ਕੰਪਲੀਟ ਕਰ ਸਾਈ ਮਾਇਕ ਅੱਗੇ ਆਂਸਾ ਫਿਰ ਤੁਸੀਂ ਬੋਲਸੋ ਤੁਸੀਂ ਵਿੱਚ ਬੋਲਸੋ ਮੈਂ ਵੀ ਵਿੱਚ ਬੋਲਸਾ ਗੱਲ ਉਸ ਤਰ੍ਹਾਂ ਬੜਣੀ ਨਹੀਂ ਹੈ ਮੇਰੀ ਗੱਲ ਸਮਝਿਓ ਜਿਹੜੀ ਮੌਸਮ ਅੱਜ ਕੱਲ ਹੋਇਆ ਹੈ ਪੈ ਖੁਸ਼ਖਸਾਲੀ ਨਾ ਮੌਸਮ ਹੋਇਆ ਪੈ ਤੇ ਇਹ ਜਿਸ ਟਾਈਮ ਸੀਜ਼ਨ ਆਣਾ ਹਰ ਜਗ੍ਹਾ ਤੇ ਸਬਜ਼ਾ ਹੀ ਸਬਜ਼ਾ ਹੋਣਾ ਹੈ ਫਿਰ ਇਸਨੇ ਰੇਟ ਥੋੜੇ ਥੱਲੇ ਹੋਣੇ ਥੱਲੇ ਹੋਣਾ ਜੀ ਬਿਲਕੁਲ फेर ਕੀ ਰੇਟ ਹੋ ਗਈ ਨੇ ਪਰ ਉਹਨੇ 380 100 ਰੁਪਏ ਫਰਕ ਆਇਆ 100 ਰੁਪਏ ਗੈਸਟ ਹਾਲ ਕਿਹੜੇ ਲੋਕ ਆਨੇ ਤੁਸੀਂ ਕੋਲ ਕਿੰਨੇ ਕਿਥੇ ਕਿਥੋਂ ਆਣ ਨੇ ਇਹ ਹਜ਼ਰੋ ਹਜ਼ਰੋ ਸਵਾਭੀ 400 ਦਾ ਇਹ ਤੇ ਮਾਲ ਤੁਸੀਂ ਰਾਹ ਮਿੱਟੀ ਦੀ ਲੁੱਥੋ ਕਿੰਨੇ ਆਣ ਨੇ ਨਾ ਫਿਰ ਇੱਥੇ ਪਰਚੂਨ ਵੜਾ ਕੇ ਜਿਹੜਾ ਵੇਚਦੇ ਉਹ ਕਿਹੜੀ ਮਖਲੂਕ ਹੋਣੀ ਉਹ ਮਝੀ ਵਾਲਾ ਮਝੀ ਵਾਲਿਆ ਨੇ ਹਾਂਜੀ ਮਝੀ ਵਾਲਾ ਗਾਇ ਵਾਲਾ ਤੇ ਬੱਕਰੀਆਂ ਸ਼ਖਰੀ ਵਾਲੇ ਬੱਕਰੀ ਵਾਲਾ ਸ਼ਖਰੀ ਵਾਲਾ ਵੀ ਆਨੇ ਆ ਵੈਸੀ ਵੱਡੀ ਇਦੀ ਤੁਸੀਂ ਨਾ ਸੀਜ਼ਨ ਸਹੀ ਸੋਹਣਾ ਲੱਗਣਾ ਸੀ ਹਾਂਜੀ ਉਸ ਤੇ ਉਸ ਤੇ ਤਕਰੀਬਨ ਕਿੰਨਾ ਕੁ ਸੀਜ਼ਨ ਲੱਗੂ ਇਹਨੇ ਉਸ ਟਾਈਮ ਸਸਤਾ ਹੋਣਾ ਜੀ ਉਸ ਟਾਈਮ 420 ਕਮ 420 ਸੁਪਰ 400 ਉਸ ਟੈਮਪਲੇਟ ਕਟ ਹੋਇਆ ਨੇ ਇਹਦ ਵਾਲਾ ਮੌਸਮ ਮੈਂ ਅੱਛਾ ਇਹ ਜੀ ਚਾਰੇਨ ਮਤਲਕ ਤੁਸਾ ਵਾ ਦੱਸਿਆ ਜਿਹੜੇ ਜਾਨਵਰ ਖਾਨੇ ਤੇ ਇਹ ਵੀ ਇੱਕ ਆਈਟਮ ਆਵੇ ਇਹ ਵੀ ਇੱਕ ਬਿਜ਼ਨਸ ਮਾਡਲ ਵੀ ਹੈ ਅਗਰ ਤੁਸੀਂ ਸਾ ਉਸ ਨਜ਼ਰ ਨਾਲ ਵੇਖੋ ਤੇ ਇਸੇ ਤਰ੍ਹਾਂ ਇਨਫੋਰਮੇਟਿਵ ਵੀਡੀਓ ਨਾਲ ਆਂਗਿਆ ਰਹਿ ਸੰਤੂ ਸਾ ਕੋਲ ਸਰ ਚੈਨਲ ਸਬਸਕ੍ਰਾਈਬ ਕਰੋ ਫੇਸਬੁਕ ਪੇਜ ਆ ਲਾਈਕ ਕਰੋ ਫਾਲੋ ਕਰੋ ਕਮੈਂਟ ਸੈਕਸ਼ਨ ਚ ਛਾਪਲੀ ਰਾਇ ਜ਼ਰੂਰ ਦੇਣੀ ਹੈ ਮਿਲਨੇ ਆ ਨੈਕਸਟ ਵੀਡੀਓ ਚ ਫੀ ਅਮਾਨੇ